ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ ਰਹਿਣ ਨਾ ਕੋ ਪਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ਼ਹੀਦ ਬਾਬਾ ਸੁੱਖਾ ਸਿੰਘ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ, ਆਪ ਜੀ ਦਾ ਪ੍ਰਮਾਣ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਹੈ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕਾਂ ਅਨੁਸਾਰ। ਆਪ ਜੀ ਦੇ ਦਰਬਾਰ ਦੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ, ਆਪ ਜੀ ਵੱਲੋਂ ਦਿੱਤੀ ਹੋਏ ਸਵਾਸਾਂ ਦੀ ਪੂੰਜੀ ਭੋਗ ਕੇ ਲੋਕ ਤੋਂ ਪ੍ਰਲੋਕ ਗਮਨ ਕਰ ਗਏ ਹਨ ਪਾਤਸ਼ਾਹ ਜੀਓ। ਉਹਨਾਂ ਦੇ ਗ੍ਰਹਿ ਵਿਖੇ ਸਮੂਹ ਪਰਿਵਾਰ ਨੇ ਇਕੱਤਰ ਹੋ ਕਰਕੇ ਪਾਤਸ਼ਾਹ ਜੀ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ। ਇਸ ਵੇਲੇ ਭੋਗ ਦੀ ਸਮਾਪਤੀ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਆਪ ਜੀ ਨੇ ਖੁੱਲ੍ਹੇ ਪੰਡਾਲਾਂ ਵਿੱਚ ਸੰਗਤ ਨੂੰ ਦਰਸ਼ਨ ਦਾਰੇ ਦਿੱਤੇ ਹਨ। ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਵਿਛੜੀ ਰੂਹ ਦੇ ਨਿਮਿੱਤ ਕਲਯੁਗ ਮੈਂ ਕੀਰਤਨ ਪ੍ਰਧਾਨਾ
ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਹੋਇਆ ਹੈ। ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ ਪਾਤਸ਼ਾਹ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਚੜ੍ਹਦੀਆਂ ਕਲਾ ਕਰਨੀਆਂ, ਹਰ ਮਤਾਨ ਫਤਿਹ ਬਖਸ਼ਣੀ, ਪ੍ਰੇਮ ਪਿਆਰ ਤਪਾਕ ਬਖਸ਼ਣਾ, ਸੁੱਖ ਸ਼ਾਂਤੀ ਬਖਸ਼ਣੀ ਗੁਰੂ ਪਾਤਸ਼ਾਹ ਜੀਓ। ਭੋਲੀਆਂ ਭੁੱਲਾਂ ਦੀ ਕਿਰਨਾ ਕਰਨੀ ਅੱਗੇ ਵਾਸਤੇ ਸਮਰੱਥ ਬਖਸ਼ਣੀ ਪਾਤਸ਼ਾਹ ਜੀ ਆਪ ਜੀ ਦੀ ਪੁੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਵਰਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਆਪ ਜੀ ਦੀ ਸੰਗਤ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਪੁੱਤਰ ਨਾਮ ਦਿੱਤੇ ਪਾਤਸ਼ਾਹ ਜੀ। ਇਸ ਵੇਲੇ ਕਿਰਪਾ ਕਰੋ ਜੀ, ਸੰਗਤ ਨੂੰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਸਹੀ ਗੁਰਮੁਖ ਪਿਆਰੇ ਮਿਲਣੇ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤੋ ਇਹ ਬਤਾਓ ਕਾਰੀ ਜਿਤਾ ਮੈਂ ਗਰਵ ਨਵਾਰੀ ਰਾਵ ਸਰਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾ ਸਗਲ ਰਨਾਰੀ ਦੇਖੋ ਪ੍ਰਭ ਜੀ ਹੋਏ ਆਪਣੇ ਸੰਗ ਚੁੱਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਜਿਸ ਗੁਰ ਮਿਲ ਰੋਗ ਬਦਾਰੀ ਔਖਤ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿਸ ਮਸਤਕ ਲਿਖਿਆ ਜਿਸ ਗੁਰ ਮਿਲ ਰੋਗ ਬਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਰਕਾਰ ਜੋ ਖਾਲਸਾ ਜੀ ਆਪਣੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈਗੀਆਂ ਕਰੀਆਂ ਹਨ। ਹੁਣ ਭਾਈ ਸਾਹਿਬ ਭਾਈ ਭੂਗਤ ਸਿੰਘ ਚੇਅਰਮੈਨ ਸਾਹਿਬ ਔਰ ਕੁਲਦੀਪ ਸਿੰਘ ਰਾਓਸ ਉਹ ਦੋ ਦੋ ਮਿੰਟ ਕੇਵਲ ਸ਼ਰਧਾਂਜਲੀ ਸ਼ਬਦ ਭਾਈ ਜਸਵੀਰ ਸਿੰਘ ਨੂੰ ਅਰਪਣ ਕਰਨਗੇ। ਉਸ ਤੋਂ ਉਪਰੰਤ ਦਸਤਾਰ ਭਾਈ ਜਸਵੀਰ ਸਿੰਘ ਸਜਾਇਆ ਜਸਵੀਰ ਸਿੰਘ ਦੀ ਉਹਨਾਂ ਦੇ ਵੱਡੇ ਭੈਣ ਨੂੰ ਸਜਾਈ ਜਾਵੇਗੀ। ਉਸ ਤੋਂ ਉਪਰੰਤ ਗੁਰੂ ਕਾ ਪ੍ਰਸ਼ਾਦ ਵਰਤੇਗਾ। ਮੈਂ ਬੇਨਤੀ ਕਰਾਂ ਭਾਈ ਭੂਗਤ ਸਿੰਘ ਨੂੰ ਉਹ ਇੱਥੇ ਆ ਕੇ ਮੈਂ ਅੱਗੇ ਦੋ ਮਿੰਟ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਨ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਵੀ ਟਾਂ ਸਾਹਿਬ ਉਹ ਵੀ ਇੱਥੇ ਨੇੜੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਫਤਿਹ। ਅੱਜ ਤੋਂ 10 ਦਿਨ ਪਹਿਲਾਂ ਸਾਡੇ ਵੱਡੇ ਵੀਰ ਜਸਵੀਰ ਸਿੰਘ ਜੀ ਜੋ ਇਸ ਦੁਨੀਆਂ ਵਿੱਚ ਨਹੀਂ ਰਹੇ ਆਪਾਂ ਉਹਨਾਂ ਦੀ ਅੰਤਮ ਅਰਦਾਸ ਇਕੱਤਰ ਹੋਏ ਹਾਂ। ਗੁਰੂ ਦਾ ਪ੍ਰਮਾਣ ਇਹ ਘੱਲੇ ਆਵੇ ਨਾਨਕਾ ਸਭੀ ਉੱਚੀ ਜਾਜੇ ਦੇ ਮਹਾਂਵਾਕ ਅਨੁਸਾਰ ਜੋ ਜੀ ਆਇਆ ਉਸਨੂੰ ਜਾਣਾ ਪੈਣਾ, ਪਰ ਅਜੇ ਟਾਈਮ ਨਹੀਂ ਹੈਗਾ। ਪਤਾ ਨਹੀਂ ਰੱਬ ਨੇ ਸਾਡੇ ਪਰਿਵਾਰ ਤੋਂ ਕੀ ਲਗਾਵਾਂ, ਦੁੱਖ ਦੇ ਅੱਗੇ ਵੀ ਬਹੁਤ ਪਰਿਵਾਰ ਨੂੰ ਸਹਿਆ, ਸਾਡੇ ਪਰਿਵਾਰਾਂ ਦੇ ਵਿੱਚ ਕੋਈ ਵੀ ਅਜੇ ਨਹੀਂ ਉਮਰ ਭੋਗ ਕੇ ਗਿਆ ਅਤੇ ਸਾਡੇ ਸਤਿਕਾਰ ਜੋ ਚਾਚਾ ਜੀ ਅਜੇ ਹੁਣ ਭਾਜੀ ਕੁਲਦੀਪ ਸਿੰਘ ਜੀ ਸਟੇਜ 'ਤੇ ਹੁਣ ਤੁਸੀਂ ਰਾਜੀ ਬਣੇ। ਚਲੋ ਫਿਰ ਭਾਜੀ ਨੂੰ ਉਹਨਾਂ ਹਾਜ਼ਰੀ ਪਾਤੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਜਸਵੀਰ ਸਿੰਘ ਪੰਜਾਬ ਪੁਲਿਸ ਮੁਲਾਜ਼ਮ ਸਨ,
ਜਿਨ੍ਹਾਂ ਦੀ ਡੈਥ 3/1/2018 ਨੂੰ ਡਿਊਟੀ ਦੌਰਾਨ ਪੰਜਾਬ ਪੁਲਿਸ ਦੀ ਵੈਨ ਅੰਮ੍ਰਿਤਸਰ ਤੋਂ ਕੈਦੀ ਲੈ ਕੇ ਪੇਸ਼ੀ 'ਤੇ ਤਰਨ ਤਰਨ ਜਾ ਰਹੇ ਸੀ, ਜਿਨ੍ਹਾਂ ਦਾ ਧੁੰਦ ਕਾਰਨ ਰਸਤੇ ਵਿੱਚ ਐਕਸੀਡੈਂਟ ਹੋ ਗਏ, ਜਿਸ ਦੌਰਾਨ ਜ਼ੋਰਾਂ ਦੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਜੀ। ਜੋ ਕਿ ਆਪਦੇ ਪਿੱਛੋਂ ਦੋ ਬੇਟੇ ਰਣਜੀਤ ਸਿੰਘ, ਛੋਟਾ ਬੇਟਾ ਦਲਜੀਤ ਸਿੰਘ, ਜਿਨ੍ਹਾਂ ਦੀ ਵਾਈਫ ਲਖਬੀਰ ਕੌਰ ਭਾਰੀ ਸਦਮੇ 'ਚ ਹਨ। ਇਸ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ PET ਪੰਜਾਬ ਲਾਈਵ ਵਾਹਿਗੁਰੂ ਜੀ। ਜਿਸ ਕੀ ਵਸਤ ਸੋ
ਸਾਰੇ ਪਰਿਵਾਰ ਨੇ ਉਦਮ ਕੀਤਾ ਹੈ, ਸਤਿਗੁਰੂ ਜੀ ਦੇ ਚਰਨ ਪਰਸੇ ਹਨ। ਪਰਸੋਂ ਦੀ ਰੋਜ਼ ਤੋਂ ਸਤਿਗੁਰੂ ਜੀ ਰਹਿਮਤ ਕਰ ਰਹੇ ਹਨ, ਅੰਮ੍ਰਿਤਮਈ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ, ਉਪਰੰਤ ਦਇਆ ਕਰਕੇ ਸਤਿਗੁਰੂ ਜੀ ਖੁੱਲ੍ਹੇ ਪੰਡਾਲਾਂ ਵਿੱਚ ਆਏ, ਅਸੀਂ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਗੁਰੂ ਪਿਆਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਸਮਝਾਉਂਦੇ ਹਨ, ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੇ ਸਿਓ ਕੀਜੈ। ਇਹ ਭਾਈ ਇਸ ਸੰਸਾਰ ਦਾ ਖੇਡ ਹੈ, ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਹੈ ਉਹਨੂੰ ਜਾਣਾ ਪੈਣਾ ਹੈ। ਪਰ ਇੰਨਾ ਜ਼ਰੂਰ ਇਹ ਵਾਜੀ ਹੈ, ਉਹ ਪਤਾ ਨਹੀਂ ਕਦੋਂ ਕਿਹਦੀ ਆਵੇ। ਫਿਰ ਸਤਿਗੁਰੂ ਜੀ ਸਮਝਾਉਂਦੇ ਹਨ, ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ, ਸੁਧੇ ਸੁਧੇ ਦੇਖ ਚਲੋ ਤੁਮ, ਨਤਰ ਕੋ ਧੱਕਾ ਦਈ ਹੈ ਰੇ, ਬਾਰੇ ਬੁੱਢੇ ਤਰੁਣੇ ਭਈਆ, ਸਭ ਹੂੰ ਜਮ ਲੈ ਜਾਈ ਹੈ। ਕੋਈ ਬੱਚਾ ਹੋਵੇ, ਜਵਾਨ ਹੋਵੇ ਜਾਂ ਬਜ਼ੁਰਗ ਹੋਵੇ, ਕਾਲ ਨਹੀਂ ਪੁੱਛਦਾ ਕਿ ਭਾਈ ਇਹਦੀ ਤੇ ਅਜੇ ਜ਼ਰੂਰਤ ਹੈ, ਇਹ ਤੇ ਬੱਚਾ ਹੈ ਇਹਨੂੰ ਰਹਿਣ ਦੇਵਾਂ, ਜਾਂ ਇਹ ਤੇ ਅਜੇ ਜਵਾਨ ਹੈ ਆਹ ਬਜ਼ੁਰਗ ਹੈ ਇਹਨੂੰ ਲੈ ਜਾਵਾਂ। ਨਹੀਂ, ਵਾਰੀ ਹੈ ਜਦੋਂ ਆ ਕੇ ਜਾਣਾ ਪੈਣਾ। ਇਹੀ ਸਾਡੇ ਮਨ ਨੂੰ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਜਿਹੜਾ ਆਇਆ ਹੈ ਉਹਨੂੰ ਜਾਣਾ ਪੈਂਦਾ ਹੈ, ਕਿਉਂਕਿ ਅਸੀਂ ਦਮ ਉੱਤੇ ਖੜੇ ਹੋਏ ਹਾਂ। ਇਸ ਵਾਸਤੇ ਦਮ ਉੱਤੇ ਖੜੇ ਹੋਏ, ਸਵਾਸ ਆਇਆ ਆਦਮੀ, ਜੇ ਸਵਾਸ ਰੁਕ ਗਿਆ ਤੇ ਮਿੱਟੀ ਦੀ ਢੇਰੀ। ਹੁਣ ਧਿਆਨ ਦਿਓ, ਗੁਰਮੁਖੋ ਉਹੀ ਸਰੀਰ ਹੁੰਦਾ ਹੈ, ਉਹੀ ਹੱਥ ਪੈਰ ਕੰਨ ਅੱਖਾਂ ਜੀਭ ਅਸੀਂ ਹਿਲਾ ਹਿਲਾ ਕੇ ਹਲੂਣੇ ਦੇ ਕੇ ਵੈਰਾਗ ਕਰਦੇ ਹਾਂ। ਉਹ ਭਾਈ ਸਾਡੇ ਨਾਲ ਗੱਲਾਂ ਤੇ ਕਰ, ਕਦੀ ਉੱਠ ਕੇ ਕਿਸੇ ਨੇ ਗੱਲਾਂ ਕੀਤੀਆਂ ਨੇ, ਕਦੇ ਗੱਲਾਂ ਨਹੀਂ ਜੇ ਕਰਦਾ। ਧਿਆਨ ਦਿਓ, ਜੇ ਆ ਗੁਰਮੁਖਾਂ ਦਾ ਘਰ ਹੈ ਨਾ, ਤੇ ਘਰ ਵਿੱਚੋਂ ਗੁਰਮੁਖ ਬਾਹਰ ਹੋਣ ਤੇ ਅਸੀਂ ਆਣ ਕੇ ਆਸ ਕਰੀਏ ਵੀ ਘਰ ਨਾਲ ਦੋ ਗੱਲਾਂ ਕਰ ਲਈਏ ਤੇ ਕਰ ਲਵਾਂਗੇ, ਕਦੇ ਨਹੀਂ ਕਰ ਸਕਦੇ। ਕਿਉਂਕਿ ਜਦੋਂ ਘਰ ਵਿੱਚ ਰਹਿਣ ਵਾਲੇ ਹਨ ਉਹਨਾਂ ਚਿਰ ਹੀ ਗੱਲਾਂ ਬਾਤਾਂ ਹੋ ਸਕਦੀਆਂ ਹਨ, ਵਿਚਾਰ ਹੋ ਸਕਦੇ ਹਨ, ਤੇ ਜਦੋਂ ਘਰ ਵਿੱਚ ਰਹਿਣ ਵਾਲਾ ਬਾਹਰ ਚਲੇ ਜਾਵੇ ਨਾ, ਉਦੋਂ ਅਸੀਂ ਉਹਦੇ ਨਾਲ ਗੱਲਾਂ ਨਹੀਂ ਕਰ ਸਕਦੇ। ਆ ਸਰੀਰ ਹੈ ਘਰ, ਅਸੀਂ ਇਸੇ ਨੂੰ ਸਮਝ ਲਿਆ ਇਹੋ ਹੀ ਸਾਡਾ ਪਿਤਾ ਹੈ, ਸਾਡਾ ਭਰਾ ਹੈ,
ਮੇਰਾ ਪਤੀ ਹੈ, ਮੇਰੀ ਪਤਨੀ ਹੈ, ਸਰੀਰ ਨੂੰ ਸਮਝ ਲਿਆ। ਤੇ ਸਤਿਗੁਰੂ ਜੀ ਫਿਰ ਸਮਝਾਉਂਦੇ ਹਨ, ਕਹਿੰਦੇ ਹਨ ਭਾਈ ਇਸ ਮਨ ਕੋ ਕੋਈ ਖੋਜੋ, ਭਾਈ ਤਨ ਛੁੱਟੇ ਮਨ ਕਹਾਂ ਸਮਾਈ। ਉਹ ਸਰੀਰ ਜਦੋਂ ਛੁੱਟਦਾ ਹੈ, ਮਨ ਕਿੱਥੇ ਚਲੇ ਜਾਂਦਾ ਹੈ? ਥੋੜੀ ਵਿਚਾਰ ਤੇ ਕਰੋ, ਕਿਉਂਕਿ ਰੋਜ਼ਾਨਾ ਹੀ ਸਾਡੇ ਹੱਥਾਂ ਵਿੱਚ ਜਾ ਰਹੇ ਹਨ ਨਾ ਜੀਵ। ਸਾਡੇ ਵੱਡੇ ਵਡੇਰੇ ਚਲੇ ਗਏ, ਕਈ ਯਾਰ ਦੋਸਤ ਚਲੇ ਗਏ, ਪਿਆਰ ਵਾਲੇ ਚਲੇ ਗਏ, ਰਿਸ਼ਤੇਦਾਰ ਚਲੇ ਗਏ, ਕਿੱਥੇ ਚਲੇ ਗਏ? ਕਿਸੇ ਦਾ ਸਾਨੂੰ ਕੀ ਪਤਾ ਲੱਗਣਾ ਸੀ ਗੁਰੂ ਪਿਆਰਿਓ, ਸਾਨੂੰ ਤੇ ਆਪਣਾ ਵੀ ਚੇਤਾ ਭੁੱਲ ਗਿਆ, ਅਸੀਂ ਕੌਣ ਆ? ਸਰੀਰ ਨੂੰ ਕਹੀ ਜਾਂਦੇ ਹਾਂ ਮੈਂ ਫਲਾਣਾ ਸੌਂ ਭਾਈ, ਫਲਾਣਾ ਮੇਰਾ ਪਿੰਡ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿੱਦਣ ਪੈਦਾ ਨਹੀਂ ਸਾਂ ਹੋਇਆ ਉਦਣ ਤੇਰਾ ਪਿੰਡ ਕਿੱਥੇ ਸੀ? ਆ ਸਰੀਰ ਪੈਦਾ ਹੋਇਆ ਤੇ ਸਰੀਰ ਦਾ ਨਾਮਕਰਨ ਪਰਿਵਾਰ ਨੇ ਰੱਖਿਆ ਨਾ, ਫਿਰ ਹੀ ਨਾਮ ਬਣਿਆ। ਤੇ ਜਿੱਦਣ ਸਰੀਰ ਚੋਂ ਕੱਢ ਦਿੱਤਾ ਗਿਆ ਉਦਣ ਤੇਰਾ ਨਾਮ ਕੀ ਹੋਵੇਗਾ, ਤੇਰਾ ਪਿੰਡ ਕਿਹੜਾ ਹੋਵੇਗਾ, ਕਿੱਥੇ ਰਵੇਗਾ? ਪ੍ਰਸ਼ਨ ਕਰਦੇ ਹਨ ਸਤਿਗੁਰੂ ਜੀ ਗੁਰਮੁਖੋ, ਅਸੀਂ ਤੇ ਇੱਕ ਰੀਤ ਬਣਾ ਲਈ ਗੁਰੂ ਕੀ ਬਾਣੀ ਨੂੰ ਪਾਠੀ ਸਿੰਘ ਪਾਠ ਕਰਦੇ ਹਨ, ਅਸੀਂ ਸਮਝਦੇ ਹਾਂ ਸਾਨੂੰ ਤੇ ਲੋੜ ਹੀ ਨਹੀਂ ਸੁਣਦੀ। ਪਾਠ ਕਰ ਦਿੱਤਾ ਪਾਠੀ ਸਿੰਘਾਂ ਨੇ, ਅਰਦਾਸ ਹੋ ਜਾਣੀ ਹੈ, ਫਲ ਸਾਨੂੰ ਮਿਲ ਜਾਣਾ, ਕੀ ਲੋੜ ਹੈ? ਰਾਤ ਬੈਠ ਕੇ ਪਾਠ ਸੁਣਦੀ, ਦਿਨੇ ਬੈਠ ਕੇ ਪਾਠ ਸੁਣੀਏ, ਬੜੇ ਕੰਮ ਹਨ ਕਰਨੇ ਹਨ ਗੁਰਮੁਖੋ, ਕੰਮ ਵੀ ਕਰੀਏ। ਪਰ ਗੁਰੂ ਜੋ ਸਤਿਗੁਰੂ ਜੀ ਸਾਨੂੰ ਦੱਸਣ ਆਏ ਹਨ, ਜੋ ਸਾਡੇ ਨਾਲ ਗੱਲਾਂ ਕਰਨ ਆਏ ਹਨ, ਉਹ ਗੁਰੂ ਨਾਲ ਗੱਲਾਂ ਤੇ ਕਰ ਲਈਏ, ਸੁਣ ਲਈਏ ਗੁਰੂ ਦੀਆਂ ਗੱਲਾਂ। ਆ ਦੇਖੋ ਅਸੀਂ ਅਲਪੱਗ ਜੀਵ ਹਾਂ, ਕਿਸੇ ਦੇ ਘਰ ਚਲੇ ਜਾਈਏ, ਅਗਲਾ ਗੱਲ ਨਾ ਸੁਣੇ ਤੇ ਉੱਥੋਂ ਉੱਠ ਕੇ ਤੁਰ ਪੈਂਦਾ, ਭਾਈ ਨੇ ਘਰੇ ਸੱਦਿਆ ਤੇ ਬੇਇੱਜ਼ਤੀ ਕੀਤੀ ਸਾਡੀ, ਗੱਲ ਹੀ ਨਹੀਂ ਸੁਣੀ, ਆਪਣੇ ਕੰਮਾਂ 'ਚ ਭੱਜਾ ਫਿਰਿਆ। ਤੇ ਹੁਣ ਧਿਆਨ ਦਿਓ, ਗੁਰੂ ਸਤਿਗੁਰੂ ਜੀ ਗ੍ਰਹਿ ਵਿਖੇ ਆਏ ਹੋਣ, ਅਸੀਂ ਉਹਨਾਂ ਦੀ ਗੱਲ ਹੀ ਨਾ ਸੁਣੀਏ, ਇਹਦੇ ਨਾਲ ਉਹ ਵੱਡਾ ਨਿਰਾਦਰ ਕੋਈ ਨਹੀਂ। ਧੰਨ ਹਨ ਉਹ ਗੁਰਮੁਖ, ਪਤਾ ਹੀ ਨਹੀਂ ਅਸੀਂ ਕੌਣ ਆ, ਕਿੱਥੋਂ ਆਏ ਆ, ਜਦੋਂ ਸਿੰਘ ਕੱਢਿਆ ਕਿੱਥੇ ਜਾ ਰਹੇ, ਪਤਾ ਹੀ ਕੋਈ ਨਹੀਂ।
ਸਮੇਂ ਘੱਟ ਹੁੰਦੇ ਨੇ ਆਪਣੇ ਆਪ ਨੂੰ ਜ਼ਿਆਦਾ ਆਹ ਸਾਡੀ ਭਾਵਨਾ ਹੈ ਸਾਰਿਆਂ ਦੀ ਇੱਕ ਵੀ ਗੱਲ ਨਹੀਂ ਬਣਦੀ ਇਸੇ ਵਾਸਤੇ ਫਿਰ ਮਾਨਸਾ Thank you.
ਬਹੁਰੀ ਨਾ ਪਵ ਜਲ ਤੇਰਾ
ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਜਦੋਂ ਸੰਗਤ ਕਰੀਦੀ ਹੈ ਨਾ, ਗੁਰੂ ਕੀ ਬਾਣੀ ਪਿਆਰ ਨਾਲ ਪੜ੍ਹੀਏ ਵਿਚਾਰੀਏ, ਸਾਂਝ ਬਣ ਗਈ ਗੁਰੂ ਨਾਲ, ਫਿਰ ਸੁੱਝੀ ਆਉਂਦੀ ਹੈ ਆਪੇ ਦੀ ਕਿ ਮੈਂ ਤੇ ਇੱਥੇ ਇੱਕ ਪ੍ਰਾਹੁਣੇ ਦੇ ਰੂਪ ਵਿੱਚ ਆਇਆ ਹੈ, ਥੋੜ੍ਹਾ ਸਮਾਂ ਰਹਿਣਾ ਹੈ ਇੱਥੇ ਅਤੇ ਜਾਣਾ ਪੈਣਾ ਹੈ, ਕਿਉਂਕਿ ਜਿੰਨਾ ਚਿਰ ਅਸੀਂ ਗੁਰੂ ਦੀ ਸਰਨ ਵਿੱਚ ਨਹੀਂ ਨਾ ਆਉਂਦੇ, ਉਹਨਾਂ ਚਿਰ ਮਨ ਪ੍ਰਤੀਜਦਾ ਹੀ ਨਹੀਂ, ਇਹਨੂੰ ਪ੍ਰਤੀਤ ਨਹੀਂ ਆਉਂਦੀ ਕਿ ਮੈਂ ਚਲੇ ਜਾਣਾ। ਗੁਰਮੁਖੋ ਜੀ, ਪ੍ਰਤੀਜਦਾ ਹੋਵੇ, ਪ੍ਰਤੀਤ ਇਹਨੂੰ ਆਉਂਦੀ ਹੋਵੇ ਤੇ ਇਹ ਫਿਰ ਅੱਗੇ ਬਾਰੇ ਕੁਝ ਸੋਚੇ ਨਾ, ਨਹੀਂ ਨਾ ਸੋਚਦਾ ਇਹ ਮਨ, ਕਾਰਨ ਇਹੀ ਹੈ ਇਹਨੂੰ ਪ੍ਰਤੀਤ ਹੀ ਨਹੀਂ ਆਉਂਦੀ ਵੀ ਮੈਂ ਚਲੇ ਜਾਣਾ। ਤੇ ਜਿਹੜੇ ਗੁਰੂ ਦੀ ਸਰਨ ਵਿੱਚ ਆਏ, ਆਪੇ ਦੀ ਵਿਚਾਰ ਕੀਤੀ, ਫਿਰ ਉਹਨਾਂ ਦਾ ਮਨ ਪ੍ਰਤੀਜ ਜਾਂਦਾ ਹੈ, ਕਿਉਂਕਿ ਜੋ ਸਾਡੀ ਮਾਲਕ ਨੇ ਆਪ ਇਹਨੂੰ ਕਢਾਈ ਹੈ ਬਾਣੀ। ਪ੍ਰਤੀਤ ਜਾਂਦਾ ਹੈ ਮਨ ਜਦੋਂ ਮਨ ਮੰਨ ਲੈਂਦਾ ਹੈ ਗੁਰੂ ਕੀ ਗੱਲ ਨੂੰ, ਗੁਰੂ ਕੀ ਬਾਣੀ ਨੂੰ, ਨਹੀਂ ਤੇ ਨਹੀਂ। ਜੇ ਭਤੀਜਾ ਫਰੀਦ ਸਾਹਿਬ ਨੂੰ ਕਹਿਣਾ ਪਿਆ, ਫਰੀਦਾ ਕਿੱਥੇ ਤੈਂਡੇ ਮਾਪਿਆ, ਅਸੀਂ ਤੁਰ ਕੇ ਆਉਣੇ ਆ ਆਪਣੇ ਪਿਆਰ ਵਾਲਿਆਂ ਨੂੰ, ਆਣ ਕੇ ਮਨ ਫਿਰ ਹੋਰ ਪੋਰ ਚ ਲੱਗ ਜਾਂਦਾ, ਉਹ ਵੀ ਕਰ ਲਵਾਂ ਆਹ ਵੀ ਕਰ। ਗੁਰੂ ਜੀ ਸਾਨੂੰ ਦੱਸਦੇ ਹਨ, ਉਹਨਾਂ ਗੁਰਮੁਖਾਂ ਸਾਨੂੰ ਦੱਸਿਆ, ਦੇਹੀ ਗਾਵਾ ਜੀ ਉਹ ਧਰਮੈ ਤੋਂ ਬਸੇ ਪੰਚ ਕਿਰਸਾਨਾ, ਨੈਣੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ। ਇਹਨਾਂ ਨੈਣਾਂ ਨੇ, ਅੱਖਾਂ ਨੇ, ਇਹਨਾਂ ਕੰਨਾਂ ਨੇ, ਇਸ ਰਸਨਾ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ। ਮੈਂ ਚਾਹੁੰਦਾ ਹੈ ਨਾ ਪਰਾਇਆ ਤਨ ਵੇਖਾਂ ਧਨ ਵੇਖਾਂ, ਪਰ ਅੱਖਾਂ ਵਾਰ ਵਾਰ ਵੇਖਦੀਆਂ ਹਨ। ਮੈਂ ਚਾਹੁੰਦਾ ਹੈ ਨਾ ਮੈਂ ਨਿੰਦਿਆ ਚੁਗਲੀ ਰੱਖ ਲੈ ਲੋ ਆਵਰ ਜਾਵਾ।
ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੇ ਪਾਇਆ ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜਨਾ ਰਾਗ ਰਤਨ ਪਰਵਾਰ ਪਰਿਆ ਸਬਦ ਗਾ ਵਜਾਇਆ ਸਬਦੋ ਤੰਗਾ ਹੋ ਹਰੀ ਕੀ ਰਾਮ ਸਤਿਗੁਰੂ ਜੀ ਦੀ ਬਾਣੀ ਅਗਾਧ ਬੋਧ ਹੈ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣਹਾਰ ਹਨ ਜੀ, ਬਖਸ਼ ਲੈਣਾ ਸਾਰਿਆਂ ਨੇ ਮਿਲ ਕੇ ਅਸੀਸ ਦੇਣੀ ਹੈ, ਦੇ ਹੋ ਸਕੇ ਨਾ ਅਸੀਸੜੀਆਂ ਜੋ ਹੋਵੇ ਸੋ ਘਰ ਵਿੱਚ ਆ ਜਾਵੇ, ਸਾਡੇ 'ਤੇ ਵੀ ਰਹਿਮਤ ਕਰਨ, ਸਾਡੇ ਗੁਰੂ ਨਾਲ ਬਣ ਆਵੇ, ਗੁਰੂ ਕੀ ਬਾਣੀ ਨਾਲ ਬਣ ਆਵੇ ਸਾਡੇ, ਦਿਓ ਅਸੀਸ ਸਾਰੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਨੂੰ ਖਿਮਾ ਕਰਦੇ ਹੋਏ ਦਾਸ ਦੇ ਦਿੱਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਇਓ, ਫਤਿਹ ਦਾ ਜਵਾਬ ਫਤਿਹ ਵਿੱਚ ਗੱਜ ਕੇ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹਨਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਦੇਵ ਧਿਆਏ, ਪਰਮਗਤ ਗੁਰਦੇ ਅਮਰਦਾਸ ਰਾਮਦਾਸ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਆਏ।
ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੇ ਸਬਦ ਬੁਝਾਏ ਤੇਗ ਬਹਾਦਰ ਸਿਮਰੀਐ ਕਰ ਨਾਮ ਦਿਆ ਵਿਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਹੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦਾ ਪ੍ਰਮਾਣ ਹੈ ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਭੋਗ ਕੇ ਲੋਕ ਤੋਂ ਪ੍ਰਲੋਕ ਗਮਨ ਕਰ ਗਏ ਹਨ ਪਾਤਸ਼ਾਹ ਜੀਓ ਉਹਨਾਂ ਦੇ ਗ੍ਰਹਿ ਵਿਖੇ ਸਮੂਹ ਪਰਿਵਾਰ ਨੇ ਇਕੱਤਰ ਹੋ ਕਰਕੇ ਪਾਤਸ਼ਾਹ ਜੀ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਇਸ ਵੇਲੇ ਭੋਗ ਦੀ ਸਮਾਪਤੀ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਆਪ ਜੀ ਨੇ ਖੁੱਲ੍ਹੇ ਪੰਡਾਲਾਂ ਵਿੱਚ ਸੰਗਤ ਨੂੰ ਦਰਸ਼ਨ ਦਾਰੇ ਦਿੱਤੇ ਹਨ ਪਾਤਸ਼ਾਹ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਵਿਛੜੀ ਰੂਹ ਦੇ ਨਿਮਿੱਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਹੋਇਆ ਹੈ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ ਪਾਤਸ਼ਾਹ ਜੀ ਵਿਛੜੀ ਰੂਹ ਨੂੰ ਆਪਣੇ ਚਰਣਾਂ 'ਚ ਨਿਵਾਸ ਬਖਸ਼ਣਾ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਚੜ੍ਹਦੀਆਂ ਕਲਾ ਕਰਨੀਆਂ ਹਰ ਮਤਾਨ ਫਤਿਹ ਬਖਸ਼ਣੀ ਪ੍ਰੇਮ ਪਿਆਰ ਤਪਾਕ ਬਖਸ਼ਣਾ ਸੁੱਖ ਸ਼ਾਂਤੀ ਬਖਸ਼ਣੀ ਗੁਰੂ ਪਾਤਸ਼ਾਹ ਜੀਓ ਹੋਈਆਂ ਫੁੱਲਾਂ ਦੀ ਕਿਰਨਾ ਕਰਨੀ ਦੇ ਵਾਸਤੇ ਸਮਰੱਥ ਬਖਸ਼ਣੀ ਪਾਤਸ਼ਾਹ ਜੀ ਆਪ ਜੀ ਦੀ ਪੁੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਕਰਕੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਆਪ ਜੀ ਦੀ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਪੁੱਤਰ ਨਾਮ ਦਿੱਤੇ ਪਾਤਸ਼ਾਹ ਜੀ ਇਸ ਵੇਲੇ ਕਿਰਪਾ ਕਰੋ ਜੀ ਸੰਗਤ ਨੂੰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਸਹੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਯਾਰ ਤੇਰਾ ਬਿਨਸੇ ਆਪਣੀ ਧਾਰੀ ਸੰਤੋ ਇਹ ਬਤਾਓ ਕਾਰੀ ਜਿਤਾ ਮੈਂ ਗਰਵ ਨਵਾਰੀ ਰਹਾਉ ਸਰਭੂਤ ਪਾਰ ਬ੍ਰਹਮ ਕਰ ਮਾਨਿਆ ਹੋਵਾ ਸਗਲ ਰਨਾਰੀ ਦੇਖੋ ਪ੍ਰਭ ਜੀ ਹੋਏ ਆਪਣੇ ਸੰਗ ਚੁੱਕੇ ਪੀਤ ਪਰਮਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿ ਸਮਸਤਕ ਲਿਖਿਆ ਜਿਸ ਗੁਰ ਮਿਲ ਰੋਗ ਬਲਾਰੀ ਔਖਦ ਨਾਮ ਨਿਰਮਲ ਜਲ ਅੰਮ੍ਰਿਤ ਪਾਈਏ ਗੁਰੂ ਦੁਆਰੀ ਕਹੋ ਨਾਨਕ ਜਿ ਸਮਸਤਕ ਲਿਖਿਆ ਇਸ ਗੁਰ ਮਿਲ ਰੋਗ ਬਦਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਰਕਾਰ ਜੋ ਖਾਲਸਾ ਜੀ ਆਪਣੇ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਜੀ ਪੰਜਾਂ ਹਨ ਹੁਣ
ਭਾਈ ਸਾਹਿਬ ਭਾਈ ਭੂੰਗਾ ਸਿੰਘ ਚੇਅਰਮੈਨ ਸਾਹਿਬ ਔਰ ਕੁਲਦੀਪ ਸਿੰਘ ਰਾਓਸ ਬਹੁਤ ਦੂਰ ਦੇ ਮਿੰਟ ਕੇਵਲ ਸ਼ਰਧਾਂਜਲੀ ਸ਼ਬਦ ਭਾਈ ਜਸਵੀਰ ਸਿੰਘ ਨੂੰ ਅਰਪਣ ਕਰਨਗੇ। ਉਸ ਤੋਂ ਉਪਰੰਤ ਦਸਤਾਰ ਭਾਈ ਜਸਵੀਰ ਸਿੰਘ ਸਜਾਇਆ ਜਸਵੀਰ ਸਿੰਘ ਦੀ ਉਹਨਾਂ ਦੇ ਵੱਡੇ ਭੈਂਗੇ ਨੂੰ ਸਜਾਈ ਜਾਵੇਗੀ। ਉਸ ਤੋਂ ਉਪਰੰਤ ਗੁਰੂ ਕਾ ਪ੍ਰਸ਼ਾਦ ਵਰਤੇਗਾ। ਮੈਂ ਬੇਨਤੀ ਕਰਾਂ ਭਾਈ ਭੂਆ ਸਿੰਘ ਨੂੰ ਉਹ ਇੱਥੇ ਆ ਕੇ ਮੈਂ ਅੱਗੇ ਦੋ ਮਿੰਟ ਉਹਨਾਂ ਨੂੰ ਸ਼ਰਧਾਂਜਲੀ ਫੁੱਲ ਭੇਟ ਕਰਨ। ਭਾਈ ਸਾਹਿਬ ਭਾਈ ਕੁਲਦੀਪ ਸਿੰਘ ਵੀ ਟਾਊਨ ਸਾਹਿਬ ਉਹ ਵੀ ਇੱਥੇ ਨੇੜੇ ਆ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਤਰ ਕੌਰ ਵਿੱਚ ਬੈਠੀ ਸਾਹ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 10 ਦਿਨ ਪਹਿਲਾਂ ਸਾਡੇ ਵੱਡੇ ਵੀਰ ਜਸਵੀਰ ਸਿੰਘ ਜੀ ਜੋ ਇਸ ਦੁਨੀਆ ਵਿੱਚ ਨਹੀਂ ਰਹੇ ਆਪਾਂ ਉਹਨਾਂ ਦੀ ਅੰਤਮ ਅਰਦਾਸ ਇਕੱਤਰ ਹੋਏ ਹਾਂ। ਗੁਰੂ ਦਾ ਪ੍ਰਮਾਣ ਹੈ ਘੱਲੇ ਆਵੇ ਨਾਨਕਾ ਸ਼ਬਦੀ ਉੱਚੀ ਜਾਜੇ ਦੇ ਮਹਾਂਵਕ ਅਨੁਸਾਰ ਜੋ ਜੀ ਆਇਆ ਉਸਨੂੰ ਜਾਣਾ ਪੈਣਾ। ਪਰ ਅਜੇ ਟਾਈਮ ਨਹੀਂ ਹੈਗਾ, ਪਤਾ ਨਹੀਂ ਰੱਬ ਨੇ ਸਾਡੇ ਪਰਿਵਾਰ ਤੋਂ ਕੀ ਲਗਾਵਾਂ। ਦੁੱਖ ਦੇ ਅੱਗੇ ਵੀ ਬਹੁਤ ਪਰਿਵਾਰ ਨੂੰ ਸਹਿਆ, ਸਾਡੇ ਪਰਿਵਾਰਾਂ ਦੇ ਵਿੱਚ ਕੋਈ ਵੀ ਅਜੇ ਨਹੀਂ ਉਮਰ ਭੋਗ ਕੇ ਗਿਆ। ਅਤੇ ਸਾਡੇ ਸਤਿਕਾਰਯੋਗ ਚਾਚਾ ਜੀ ਅਜੇ ਜੋ ਦੁੱਖ ਭੋਗ ਨੂੰ ਵਿਚਾਰੇ ਬੈਠੇ ਆ, ਪਰ ਕਾਲ ਪੱਖ ਨੂੰ ਚਾਹੀਦਾ ਨਹੀਂ ਸੀ। ਜੋ ਗੁਰੂ ਦਾ ਫਰਮਾਨ ਹੈ ਜੋ ਪ੍ਰਾਣੀ ਆਇਆ ਵਾ ਉਹਨੇ ਇੱਕ ਦਿਨ ਜਾਣਾ ਹੀ ਜਾਣਾ, ਪਰ ਚਾਹੀਦਾ ਸੀ ਰੱਬ ਅੱਗੇ, ਕਿਉਂਕਿ ਕਸ਼ਟ ਦੇ ਇਹਨਾਂ ਦੇ ਅੱਗੇ ਵੀ ਜੋ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਜੋ ਅਚਾਨਕ ਭਾਣਾ ਵਰਤਿਆ ਸੀ, ਦੁੱਖ ਅੱਗੇ ਬਹੁਤ ਵੇਖੇ ਸੀ। ਅਤੇ ਜਮਨ ਕਾਲ ਜੋਗੀ ਸਾਹਿਬ ਕੀ ਹੋ, ਵੇਦ ਰਾਜ ਬ੍ਰਹਮਾ ਜੀ ਥੀ ਹੋ, ਜੋ ਜੋ ਇੱਥੇ ਵੱਡੇ ਵੱਡੇ ਜੋਗੀ ਆਏ ਆ ਉਹ ਵੀ ਇਸ ਦੁਨੀਆਂ ਤੋਂ ਚਲੇ ਗਏ ਆ। ਅਤੇ ਬਾਬਾ ਫਰੀਦ ਜੀ ਵੀ ਲਿਖਦੇ ਆ, ਦੇਖ ਮਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ, ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਹੋ ਜਾਣਾ ਮਿੱਟੀ ਦੀ ਢੇਰੀ। ਆਪਾਂ ਜੋ ਵੀ ਸੰਸਾਰ 'ਚ ਜੀਵ ਆਇਆ ਸਾਰਿਆਂ ਨੇ ਜਾਣਾ ਵਾ, ਪਰ ਟਾਈਮ ਟਾਈਮ ਨਾਲ ਜਾਵੇ ਉਹਦਾ ਦੁੱਖ ਘੱਟ ਹੁੰਦਾ ਵਾ। ਜੋ ਇਸ ਉਮਰ ਦੇ ਵਿੱਚ ਆਵੇ, ਅਜੇ ਤਾਂ ਸਾਡੇ ਬੱਚੇ ਸੀਗੇ ਰਣਜੀਤ ਸਿੰਘ ਬਲਜੀਤ ਸਿੰਘ, ਅਜੇ ਤਾਂ ਉਹਨਾਂ ਨੂੰ ਵੀ ਬਾਪ ਦੀਆਂ ਬਹੁਤ ਲੋੜਾਂ ਸੀ, ਸਾਨੂੰ ਵੀ ਭਰਾ ਦੀਆਂ ਬਹੁਤ ਲੋੜਾਂ ਸੀਗੀਆਂ, ਅਤੇ ਚਾਚਾ ਜੀ ਨੂੰ ਵੀ ਅਜੇ ਪੁੱਤਰ ਦੀ ਬਹੁਤ ਲੋੜ ਸੀਗੀ। ਜੋ ਸਭ ਤੋਂ ਕਿਸੇ ਨੇ ਪੁੱਛਿਆ ਸੀ ਵੀ ਭਾਰ ਕਿਸ ਚੀਜ਼ ਦਾ ਭਾਰ ਜ਼ਿਆਦਾ ਵਾ, ਅਤੇ ਸਿਆਲਿਆਂ ਨੇ ਕਿਹਾ ਸੀ ਭਾਰ ਉਦੋਂ ਜ਼ਿਆਦਾ ਹੁੰਦਾ ਜਦੋਂ ਪੁੱਤ ਦੀ ਕੰਢੀ ਪਿਓ ਦੇ ਮੋਢਿਆਂ 'ਤੇ ਜਾਂਦੀ ਆ, ਜੋ ਕਿ ਬਹੁਤ ਦੁੱਖ ਵਾ। ਅਤੇ ਜਿੰਨੇ ਆ ਵੀਰ ਆਏ ਆ ਸਾਰਿਆਂ ਨੂੰ ਜੀ ਆਇਆ, ਅਸੀਂ ਆ ਟਾਈਮ ਦੀ ਘਾਟ ਹੋਣ ਕਰਕੇ ਸਰਪੰਚ ਹਰਮਿੰਦਰ ਸਿੰਘ ਜੀ ਕਲਸ, ਸਰਪੰਚ ਅਮਰੀਕ ਸਿੰਘ ਜੀ ਮੰਦਰ ਅਤੇ ਹੋਰ ਸਾਰ ਸੰਗਤ ਜਿਹੜੀ ਆਈ ਆ, ਅਸੀਂ ਟਾਈਮ ਨਹੀਂ ਦੇ ਸਕਦੇ। ਅਤੇ ਹੁਣ ਭਾਜੀ ਕੁਲਦੀਪ ਸਿੰਘ ਜੀ ਸਟੇਜ 'ਤੇ ਆਉਣ 'ਤੇ ਸਰਾਜੀ ਬਣੇ, ਚਲੋ ਫਿਰ ਭਾਜੀ ਨੂੰ ਉਹਨਾਂ ਹਾਜ਼ਰੀ ਪਾਤੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਕਿ ਜਸਬੀਰ ਸਿੰਘ ਪੰਜਾਬ ਪੁਲਿਸ ਮੁਲਾਜ਼ਮ ਸਨ, ਜਿਨ੍ਹਾਂ ਦੀ ਡੈਥ 3/1/2018 ਨੂੰ ਡਿਊਟੀ ਦੌਰਾਨ ਪੰਜਾਬ ਪੁਲਿਸ ਦੀ ਵੈਨ ਅੰਮ੍ਰਿਤਸਰ ਤੋਂ ਕੈਦੀ ਲੈ ਕੇ ਪੇਸ਼ੀ 'ਤੇ ਤਰਨ ਤਰਨ ਜਾ ਰਹੇ ਸੀ, ਜਿਨ੍ਹਾਂ ਦਾ ਧੁੰਦ ਕਾਰਨ ਰਸਤੇ ਵਿੱਚ ਐਕਸੀਡੈਂਟ ਹੋ ਗਏ, ਜਿਸ ਦੌਰਾਨ ਜ਼ੋਰਾਂ ਦੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਜੋ ਕਿ ਆਪਦੇ ਪਿੱਛੋਂ ਦੋ ਬੇਟੇ ਰਣਜੀਤ ਸਿੰਘ, ਛੋਟਾ ਬੇਟਾ ਦਲਜੀਤ ਸਿੰਘ, ਜਿਨ੍ਹਾਂ ਦੀ ਵਾਈਫ ਲਖਬੀਰ ਕੌਰ ਭਾਰੀ ਸਦਮੇ 'ਚ ਹਨ। ਇਸ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਵੀ ਸ਼ਰਧਾਂਜਲੀ ਦਿੰਦੇ ਹੋਏ PET ਪੰਜਾਬ ਲਾਈਵ ਬਹੁਤ ਬਹੁਤ, ਇਸ ਦੌਰਾਨ ਅਸੀਂ ਪੰਜਾਬ ਲਾਈਵ TV ਦਾ ਧੰਨਵਾਦ ਪਹੁੰਚਣ 'ਤੇ ਕਰਦੇ ਹਾਂ, ਬਹੁਤ ਹੀ ਵਪਾਰੀਆਂ ਧੰਨਵਾਦ ਕਰਦੇ ਹਾਂ।